जस पंजाबी देख रहे सारे दर्शकों का जी आया नूं मैं हाँ तुहाड़े नाल हरकीरत सिंह आलूवालिया लैके हाजिर हाँ तुहाड़ा हरमन प्यारा शो अज का मुद्दा यूके ते यूरोप दे विच वसदे सारे व्यूअर्स नूं मेरी तरफों प्यार भरी सत श्री अकाल दोस्तों हाजिर हाँ अज भी तुहाड़ी खिदमत दे विच विचार वटांदरा करन दे लई उन्हां मुद्दयां दे उत्ते जो कि इंटरनेशनल पद्धर ते ओह मुद्दे इन्ने भगदे हन और जद ओह ਪੱਕ ਜਾਂਦੇ ਹਨ ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਅਸੀਂ ਉਸ ਮੁਤਲਕ ਵਿਚਾਰ ਵਟਾਂਦਰਾ ਕਰੀਏ ਔਰ ਤੁਹਾਡੇ ਨਾਲ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰੀਏ ਜੋ ਕਿ ਵਾਕਈ ਹੀ ਬੇਹੱਦ ਮਹੱਤਵਪੂਰਨ ਹੈਗੇ ਨੇ ਅਤੇ ਉਸ ਤੋਂ ਬਾਅਦ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਕੰਕਲੂਜਨ ਕੱਢਿਆ ਜਾਏ ਔਰ ਵਿਚਾਰ ਕੀਤਾ ਜਾਏ ਤਾਂ ਕਿ ਹਰ ਉਸ ਵਿਚਾਰ ਨੂੰ ਅਮਲੀ ਜਾਮਾ ਬਣਾਇਆ ਜਾ ਸਕੇ ਬੜੇ ਮਾਣ ਦੇ ਨਾਲ ਕਹਿਣਾ ਪੈਂਦਾ ਕਿ ਕਈ ਮੁੱਦੇ ਜਿਹੜੇ ਅਸੀਂ ਇਸ ਪਲੈਟਫਾਰਮ ਦੇ ਉੱਤੇ ਲੈ ਕੇ ਆਏ ਜਿਨ੍ਹਾਂ ਮੁੱਦਿਆਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਤੁਸੀਂ ਆਪਣੇ ਕਨਕਲੂਜਨ ਦਿੱਤੇ ਜਦ ਉਹ ਪਹੁੰਚੇ ਉਹਨਾਂ ਪੈਰੋਕਾਰਾਂ ਦੇ ਕੰਨਾਂ ਦੇ ਵਿੱਚ ਔਰ ਜਦ ਉਹ ਮੁੱਦੇ ਉਹਨਾਂ ਨੇ ਸੁਣੇ ਭਾਵੇਂ ਉਹ ਸੋਸ਼ਲ ਮੀਡੀਆ ਦੇ ਸਦਕਾ ਉਹਨਾਂ ਨਾਲ ਸੁਣਿਆ ਹੋਵੇ ਭਾਵੇਂ ਉਹਨਾਂ ਨੇ ਲਾਈਵ ਆਪ ਬੈਠ ਕੇ ਸੁਣਿਆ ਹੋਵੇ ਜਦ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇੰਟਰਨੈਸ਼ਨਲ ਪੱਧਰ 'ਤੇ ਕਿਸ ਗੱਲ ਨੂੰ ਲੈ ਕੇ ਵਿਚਾਰ ਵਟਾਂਦਰਾ ਹੋ ਰਿਹਾ ਔਰ ਕਿਹੜੀ ਕਿਹੜੀ ਗੱਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਤਾਂ ਉਹ ਆਵਾਜ਼ ਜ਼ਰੂਰ ਪਹੁੰਚਦੀ ਹੈ ਔਰ ਕਈ ਮੁੱਦੇ ਸਾਡੇ ਸਫਲ ਵੀ ਹੋਏ ਹਨ ਔਰ ਇੱਕ ਪੋਜ਼ਿਟਿਵ ਐਂਗਲ ਵੀ ਵੇਖਣ ਨੂੰ ਮਿਲਿਆ ਜਦ ਮੈਂ ਪੋਜ਼ਿਟਿਵ ਦੀ ਗੱਲ ਕਰਦਾ ਚਾਹੇ ਉਹ ਪੰਜਾਬ ਦੀ ਸਿਆਸਤ ਦੇ ਨਾਲ ਸੰਬੰਧਿਤ ਹੋਣ ਚਾਹੇ ਉਹ ਮੁੱਦੇ ਧਾਰਮਿਕ ਹੋਣ ਚਾਹੇ ਉਹ ਮੁੱਦੇ ਕਿਸੇ ਵੀ ਮੁਲਕ ਦੇ ਹੋਣ ਭਾਰਤ ਦੇ ਹੋਣ ਯੂਕੇ ਦੇ ਹੋਣ ਯੂਰੋਪ ਦੇ ਹੋਣ ਚਾਹੇ ਉਹ ਮੁੱਦੇ ਗੁਆਂਢੀ ਮੁਲਕਾਂ ਦੇ ਹੋਣ ਤਾਂ ਇੱਕ ਆਵਾਜ਼ ਪੋਜ਼ਿਟਿਵ ਕਿੱਥੋਂ ਆਈ ਜਾਂਦੀ ਹੈ ਅੱਜ ਮੈਂ ਜਿਸ ਮੁੱਦੇ ਬਾਰੇ ਵਿਚਾਰ ਵਟਾਂਦਰਾ ਕਰਾਂਗਾ ਜਿਸ ਮਸਲੇ ਬਾਰੇ ਵਿਚਾਰ ਵਟਾਂਦਰਾ ਕਰਾਂਗਾ ਉਹ ਮਸਲਾ ਬਹੁਤ ਗੰਭੀਰ ਸੀਗਾ ਔਰ ਬੜੇ ਹੀ ਮਾਣ ਦੇ ਨਾਲ ਕਹਿਣਾ ਪੈਂਦਾ ਕਿ ਜਸ ਬ੍ਰੋਡਕਾਸਟਿੰਗ ਦੀ ਟੀਮ ਔਰ ਜਸ ਪੰਜਾਬੀ ਚੈਨਲ ਅੱਜ ਦਾ ਮੁੱਦਾ ਇਸ ਪਲੈਟਫਾਰਮ ਦੇ ਉੱਤੇ ਅਸੀਂ ਉਸ ਮੁੱਦੇ ਨੂੰ ਚੁੱਕਿਆ ਸੀਗਾ ਔਰ ਜਦ ਚੁੱਕਿਆ ਸੀਗਾ ਤਾਂ ਤੁਹਾਡੇ ਹੀ ਕੰਕਲੂਜਨ ਸਾਡੇ ਸਾਹਮਣੇ ਆਏ ਸੀਗੇ ਅੱਜ ਉਹ ਇੰਟਰਨੈਸ਼ਨਲ ਪੱਧਰ 'ਤੇ ਉਹ ਮਸਲਾ ਇੱਕ ਪੋਜ਼ਿਟਿਵ ਸੋਚ ਦੇ ਨਾਲ ਮੈਨੂੰ ਲੱਗਦਾ ਅੱਗੇ ਵੱਧ ਰਿਹਾ ਦੁਚਿੱਤੀ ਹੈ ਥੋੜ੍ਹੀ ਬਹੁਤ ਉਹ ਵੀ ਆਪਾਂ ਗੱਲ ਕਰਾਂਗੇ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਮੈਨੂੰ ਕਾਲ ਕਰਕੇ ਆਪਣੇ ਵਿਚਾਰ ਦਿਓਗੇ ਲੇਕਿਨ ਖਬਰ ਦਾ ਅਸਰ ਇੱਕ ਗੱਲ ਜ਼ਰੂਰ ਅਸੀਂ ਕਹਿੰਦੇ ਹਾਂ ਕਿ ਖਬਰ ਦਾ ਬਈ ਅਸਰ ਵੀ ਹੋਣਾ ਚਾਹੀਦਾ ਮੁੱਦਾ ਅਸੀਂ ਕਰਦੇ ਹਾਂ ਉਹਦਾ ਅਸਰ ਵੀ ਹੋਣਾ ਚਾਹੀਦਾ ਉਹਦਾ ਅਸਰ ਹੋਇਆ ਅਸਰ ਇਸ ਕਦਰ ਹੋਇਆ ਕਿ ਤੁਹਾਨੂੰ ਯਾਦ ਹੋਏਗਾ ਜਦ ਅਸੀਂ ਪਿਛਲੇ ਮਹੀਨੇ ਇੱਕ ਮੁੱਦਾ ਚੁੱਕਿਆ ਸੀਗਾ ਮੁੱਦਾ ਇਹ ਸੀਗਾ ਕਿ ਬਈ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਹੁਣ ਬਣਨ ਜਾ ਰਿਹਾ ਉਹ ਮੁੱਦਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਰ ਅਪਡੇਟ ਤੁਹਾਨੂੰ ਦਿੰਦੇ ਰਹੇ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕੀਤੇ ਆਪਾਂ ਪਾਕਿਸਤਾਨ ਤੋਂ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਜੋੜਿਆ ਔਰ ਜਦ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਤਾਂ ਫਿਰ ਉਹਨਾਂ ਨੇ ਸੱਦਾ ਦਿੱਤਾ ਸੀਗਾ ਨਵਜੋਤ ਸਿੰਘ ਸਿੱਧੂ ਨੂੰ ਤੁਹਾਨੂੰ ਯਾਦ ਹੋਣਾ ਉਹ ਮੁੱਦਾ ਵੀ ਅਸੀਂ ਚੱਕਿਆ ਸੀਗਾ ਤੁਹਾਨੂੰ ਲੱਗਣਾ ਕਿ ਅੱਜ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਕਿਉਂਕਿ ਇਹ ਗੱਲਾਂ ਸਾਰੇ ਮੁੱਦਿਆਂ ਦੇ ਨਾਲ ਸੰਬੰਧਿਤ ਹਨ ਔਰ ਜਦ ਅਸੀਂ ਉਹਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਸੀਗੇ ਤਾਂ ਕੰਕਲੂਜਨ ਵੀ ਅਸੀਂ ਖੁਦ ਕੱਢਿਆ ਸੀਗਾ ਫਿਰ ਤੁਹਾਨੂੰ ਯਾਦ ਹੋਣਾ ਕਿ ਬਵਾਲ ਵੀ ਮਚਿਆ ਸੀਗਾ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ 'ਤੇ ਜਦ ਉਹ ਵਾਪਸ ਭਾਰਤ ਲੌਟੇ ਸੀਗੇ ਤਾਂ ਉਹਨਾਂ ਦੇ ਉੱਤੇ ਉਂਗਲਾਂ ਉਠਾਈਆਂ ਗਈਆਂ ਸੀਗੀਆਂ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਅਗਰ ਇੰਡੀਆ ਇੱਕ ਸਟੈਪ ਅੱਗੇ ਵਧੇਗਾ ਤਾਂ ਮੈਂ ਦੋ ਸਟੈਪ ਅੱਗੇ ਵਧਾਂਗਾ ਇਹੀ ਗੱਲ ਨਵਜੋਤ ਸਿੰਘ ਸਿੱਧੂ ਨੇ ਕਹੀ ਕਿ ਮੈਂ ਤਾਂ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਪਾਕਿਸਤਾਨ ਦੇ ਵਿੱਚ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਕਿ ਅੱਗੇ ਅਗਰ ਅਸੀਂ ਇੱਕ ਸਟੈਪ ਵਧਾਂਗੇ ਤਾਂ ਉਹ ਵੀ ਦੋ ਸਟੈਪ ਅੱਗੇ ਵਧਣਗੇ ਅਤੇ ਬਈ ਪੋਲੀਟਿਕਸ ਦੇ ਵਿੱਚ ਉਂਗਲਾਂ ਤਾਂ ਉੱਡ ਜਾਂਦੀਆਂ ਔਰ ਉੱਠੀਆਂ ਵੀ ਉਹਨਾਂ ਦੇ ਉੱਤੇ ਇੱਕ ਮੁੱਦਾ ਤੁਹਾਨੂੰ ਯਾਦ ਹੋਣਾ ਇਸੇ ਨਾਲ ਸੰਬੰਧਿਤ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਸੀਗੇ ਕਰਤਾਰਪੁਰ ਕੋਰੀਡੋਰ ਦਾ ਜੀ ਹਾਂ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਮੁੱਦਾ ਤੁਹਾਡੇ ਸਾਹਮਣੇ ਰੱਖਿਆ ਸੀਗਾ
ਜਿਨ੍ਹਾਂ ਨੇ ਇਹ ਗੱਲ ਸ਼ੁਰੂ ਕੀਤੀ ਉਹ ਵੀ ਸਾਡੇ ਨਾਲ ਜੁੜੇ ਸੀਗੇ। ਉਹਨਾਂ ਉੱਤੇ ਵੀ ਵਿਚਾਰ ਵਟਾਂਦਰਾ ਅਸੀਂ ਕੀਤਾ ਸੀਗਾ ਕਿ ਕਿਸ ਤਰੀਕੇ ਨਾਲ ਰੋਡ ਮੈਪ ਤਿਆਰ ਕੀਤਾ ਜਾ ਸਕਦਾ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ। ਹੁਣ ਇੱਕ ਗੁੱਡ ਨਿਊਜ਼ ਜਿਹੜੀ ਹੈ ਉਹ ਸਾਹਮਣੇ ਆਈ ਹੈ ਇੰਟਰਨੈਸ਼ਨਲ ਪੱਧਰ 'ਤੇ ਸਿੱਖ ਭਾਈਚਾਰੇ ਦੇ ਲਈ, ਪੰਜਾਬੀ ਭਾਈਚਾਰੇ ਦੇ ਲਈ ਜੋ ਕਿ ਵਿਦੇਸ਼ਾਂ ਦੇ ਵਿੱਚ ਵੀ ਵੱਸਦੇ ਹਨ ਉਹਨਾਂ ਦੇ ਲਈ ਵੀ। ਅਸੀਂ ਅਰਦਾਸ ਕਰਦੇ ਹਾਂ ਕਿ ਉਹਨੂੰ ਉਹਨਾਂ ਗੁਰੂ ਧਾਮਾਂ ਗੁਰੂ ਘਰਾਂ ਨੂੰ ਜਿਨ੍ਹਾਂ ਤੋਂ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਅਤੇ ਦਰਸ਼ਨ ਦੀਦਾਰ ਜ਼ਰੂਰ ਕਰਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ। ਜਸ ਬ੍ਰੋਡਕਾਸਟਿੰਗ ਦੀ ਟੀਮ ਨੂੰ ਲੱਗਦਾ ਜਦ ਐਸੀ ਮੁੱਦਾ ਚੱਕਿਆ ਸੀਗਾ ਕਰਤਾਰਪੁਰ ਕੋਰੀਡੋਰ ਦਾ, ਹਜੇ ਸਿਰਫ ਗੱਲਾਂ ਹੋ ਰਹੀਆਂ ਸੀਗੀਆਂ, ਲੇਕਿਨ ਇੱਕ ਪਹਿਲਾ ਮੀਡੀਆ ਹਾਊਸ ਜਿਹਨੇ ਇਸ ਬਾਰੇ ਵੀ ਲੋਕਾਂ ਦਾ ਧਿਆਨ ਜਿਹੜਾ ਉਸ ਪਾਸੇ ਲੈ ਕੇ ਗਏ। ਅੱਜ ਮਾਣ ਦੇ ਨਾਲ ਕਹਿਣਾ ਪੈਂਦਾ ਕਿ ਜਦ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚੇ ਭਾਵੇਂ ਉਂਗਲਾਂ ਉੱਠੀਆਂ ਉਹਨਾਂ ਦੇ ਉੱਤੇ, ਭਾਵੇਂ ਤੰਜ ਕੱਸੇ ਗਏ ਹੋਣ, ਆਰੋਪ ਪ੍ਰਤਿਆਰੋਪ ਦੀ ਸਿਆਸਤ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੋਏ, ਲੇਕਿਨ ਪੋਜ਼ਿਟਿਵ ਤਰੀਕਾ ਔਰ ਪੋਜ਼ਿਟਿਵ ਐਂਗਲ ਇੱਕ ਸਾਹਮਣੇ ਸਮਝ ਆਇਆ ਕਿ ਪਾਕਿਸਤਾਨ ਦੇ ਵਿੱਚ ਵੱਸਦੇ ਮਨਿਸਟਰਸ ਨੇ ਕਹਿ ਦਿੱਤਾ ਕਿ ਅਸੀਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਲਈ ਤਿਆਰ ਹਾਂ। ਉਹੀ ਗੱਲ ਆ ਗਈ ਕਿ ਇੱਕ ਸਟੈਪ ਵਧਾਓ ਅਸੀਂ ਦੋ ਸਟੈਪ ਵਧਾਵਾਂਗੇ, ਲੇਕਿਨ ਮੁੱਦਾ ਕਿਉਂ ਕਰ ਰਹੇ ਹਾਂ? ਮੁੱਦਾ ਇਸ ਕਰਕੇ ਕਰ ਰਹੇ ਹਾਂ ਕਿ ਹਜੇ ਤੱਕ ਭਾਰਤ ਸਰਕਾਰ ਨੇ ਆਪਣਾ ਕੋਈ ਵੀ ਗ੍ਰੀਨ ਸਿਗਨਲ ਨਹੀਂ ਦਿਖਾਇਆ। ਭਾਵੇਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਚਿੱਠੀ ਜਿਹੜੀ ਹੈ ਉਹ ਲਿਖ ਦਿੱਤੀ ਹੈ ਸੁਸ਼ਮਾ ਸਵਰਾਜ ਨੂੰ ਕਿ ਤੁਸੀਂ ਹੁਣ ਇਸ ਮੁਤਲਕ ਥੋੜ੍ਹਾ ਜਿਹਾ ਸੋਚੋ ਔਰ ਇੱਕ ਰੋਡ ਮੈਪ ਤਿਆਰ ਕਰੋ ਕਿ ਆਪਾਂ ਕਿਸ ਤਰੀਕੇ ਨਾਲ ਕਰਤਾਰਪੁਰ ਦਾ ਕੋਰੀਡੋਰ ਖੋਲ੍ਹ ਸਕਦੇ ਹਾਂ। ਪਹਿਲੇ ਮੈਂ ਉਨ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਆਖਿਰਕਾਰ ਕਰਤਾਰਪੁਰ ਕੋਰੀਡੋਰ ਦਾ ਮਸਲਾ ਕੀ ਹੈ। ਮਸਲਾ ਇਹ ਸੀਗਾ ਜੀ, ਜਦ ਅਸੀਂ ਪਿਛਲੇ ਮਹੀਨੇ ਮੁੱਦਾ ਕੀਤਾ ਸੀਗਾ ਤਾਂ ਸੁਖਦੇਵ ਵਾਲੀਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਜਵੀਜ਼ ਰੱਖੀ ਸੀਗੀ ਸੁਸ਼ਮਾ ਸਵਰਾਜ ਨੂੰ, ਸਭ ਤੋਂ ਪਹਿਲਾਂ ਤਜਵੀਜ਼ ਰੱਖੀ ਸੀਗੀ ਟੂਰਿਜ਼ਮ ਮਿਨਿਸਟਰ ਨਵਜੋਤ ਸਿੰਘ ਸਿੱਧੂ, ਕੈਬਨਿਟ ਮਿਨਿਸਟਰ ਨੇ, MLA ਨੇ ਪੰਜਾਬ ਤੋਂ, ਉਹਨਾਂ ਦੇ ਅੱਗੇ ਕਿ ਬਈ 550 ਪ੍ਰਕਾਸ਼ ਪੁਰਬ ਆ ਰਿਹਾ ਗੁਰੂ ਨਾਨਕ ਦੇਵ ਜੀ ਦਾ, ਕਿਉਂ ਨਾ ਅਸੀਂ ਕਰਤਾਰਪੁਰ ਦਾ ਜਿਹੜਾ ਕੋਰੀਡੋਰ ਹੈ ਯਾਨੀ ਕਿ ਲਗਭਗ 2 ਤੋਂ 3 ਕਿਲੋਮੀਟਰ, ਉਹ ਕੋਰੀਡੋਰ ਸਿਰਫ 2 ਤੋਂ 3 ਕਿਲੋਮੀਟਰ ਹੈ ਇੰਡੀਆ ਤੋਂ ਪਾਕਿਸਤਾਨ ਦੇ ਲਈ, ਇੰਡੀਆ ਤੋਂ ਸਾਫ਼ ਨਜ਼ਰ ਆਉਂਦਾ ਕਰਤਾਰਪੁਰ ਸਾਹਿਬ ਇਸ ਪਾਸੋਂ, 2 ਕਿਲੋਮੀਟਰ ਦੀ ਸਿਰਫ ਉਹ ਕੋਰੀਡੋਰ ਹੈਗਾ ਜਿੱਥੇ ਸਾਹਮਣੇ ਕਰਤਾਰਪੁਰ ਸਾਹਿਬ ਗੁਰਦੁਆਰਾ ਨਜ਼ਰ ਆਉਂਦਾ ਕਿ ਇਹ ਕੋਰੀਡੋਰ ਫਰੀ ਆਫ ਕੋਸਟ ਬਿਨਾਂ ਵੀਜ਼ੇ 'ਤੇ ਖੋਲ੍ਹ ਦਿੱਤਾ ਜਾਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਗਏ ਸੀਗੇ, ਉਹਨਾਂ ਨੇ ਵੀ ਇਹ ਗੱਲ ਜਾ ਕੇ ਉੱਥੇ ਦੇ ਜਿਹੜੇ ਸਿਆਸਤਦਾਨ ਹਨ ਇਮਰਾਨ ਖਾਨ ਪ੍ਰਧਾਨ ਮੰਤਰੀ ਨੂੰ ਵੀ ਉਹਨਾਂ ਨੇ ਰਿਕੁਐਸਟ ਕੀਤੀ ਸੀਗੀ, ਤਾਂ ਹੁਣ ਉੱਥੋਂ ਵੀ ਗ੍ਰੀਨ ਸਿਗਨਲ ਜਿਹੜਾ ਹਾਲ ਫਿਲਹਾਲ ਦੇ ਵਿੱਚ ਆ ਗਿਆ। ਲੇਕਿਨ ਸਵਾਲ ਇੱਥੇ ਇਹ ਬਣਦੇ ਨੇ ਕਿ ਕੀ ਹੁਣ ਭਾਰਤ ਸਰਕਾਰ ਨੂੰ ਦਖਲ ਦੇਣਾ ਚਾਹੀਦਾ, ਕੀ ਹੁਣ ਇਸ ਪੋਜ਼ਿਟਿਵ ਵੇ ਦੇ ਤਰੀਕੇ ਨਾਲ ਸੋਚਣਾ ਚਾਹੀਦਾ ਕਿ ਡਿਪਲੋਮੈਟਿਕ ਜਿਹੜੇ ਹੁਣ ਸੰਬੰਧ ਹਨ, ਚਾਹੇ ਡਿਪਲੋਮੈਟਿਕ ਤੁਹਾਡਾ ਕੀ ਇਸ ਮੁਤਲਕ ਤੁਹਾਡਾ ਵਿਚਾਰ ਹੈਗਾ ਉਹ ਹੋਣਾ ਚਾਹੀਦਾ। ਸੈਕਿੰਡ, ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਦ ਤੱਕ ਹੋਏਗਾ ਮੈਂ ਤਦ ਤੱਕ ਦਰਵਾਜ਼ਾ ਖਟਖਟਾਉਂਦਾ ਰਹਾਂਗਾ ਵਿਦੇਸ਼ ਮੰਤਰਾਲੇ ਦਾ ਤਾਂ ਕਿ ਉਹ ਇਸ ਬਾਰੇ ਸੋਚਣ, ਕਿਉਂਕਿ 550 ਪ੍ਰਕਾਸ਼ ਪੁਰਬ ਦੇ ਮੌਕੇ ਅਗਰ ਸਿੱਖ ਸ਼ਰਧਾਲੂ ਇਸ ਕੋਰੀਡੋਰ ਦੇ ਥਰੂ ਕਰਤਾਰਪੁਰ ਸਾਹਿਬ ਪਹੁੰਚਦੇ ਹਨ ਤਾਂ ਅਰਦਾਸ ਜਿਹੜੀ ਅਸੀਂ ਕਰਦੇ ਹਾਂ ਉਸ ਅਰਦਾਸ ਦੇ ਵਿੱਚ ਅੱਜ ਇਹ ਅਸੀਂ ਬੜੇ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਨੇ ਉਸ ਅਰਦਾਸ ਨੂੰ ਕਬੂਲ ਕੀਤਾ। ਭਾਵੇਂ ਆਲ ਓਵਰ ਵਰਲਡ ਦੇ ਵਿੱਚ ਵਸਦੀ ਸਿੱਖ ਜਗਤ ਇਹ ਅਰਦਾਸ ਰੋਜ਼ਾਨਾ ਕਰਦੀ ਹੈ, ਇਸ ਰੋਜ਼ਾਨਾ ਕੀਤੀ ਹੋਈ ਅਰਦਾਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ, ਕਿਉਂਕਿ ਇਹ ਹੁਣ ਇੱਕ ਇੰਟਰਨੈਸ਼ਨਲ ਪੱਧਰ 'ਤੇ ਇੱਕ ਗੰਭੀਰ ਵਿਸ਼ਾ ਇਸ ਕਰਕੇ ਬਣਿਆ ਹੋਇਆ ਕਿ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਕਿ ਇੱਕ ਪਾਸੇ 550 ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਹੈ ਜਿਨ੍ਹਾਂ ਨੇ ਆਪਣੇ 14 ਸਾਲ ਕਰਤਾਰਪੁਰ ਸਾਹਿਬ ਵਿਖੇ ਗੁਜ਼ਾਰੇ ਹਨ, ਆਪਣੇ ਜ਼ਿੰਦਗੀ ਦੇ ਉਹ ਲਮਹੇ ਉਹਨਾਂ ਨੇ ਉੱਥੇ ਗੁਜ਼ਾਰੇ ਹਨ ਜਿਸ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਇੱਕ ਸੁਨੇਹਾ ਕੌਮ ਨੂੰ ਤਾਂ ਦਿੱਤਾ ਹੀ ਦਿੱਤਾ, ਉਸ ਤੋਂ ਇਲਾਵਾ ਜਿਹੜੇ ਹੋਰ ਭਾਈਚਾਰੇ ਦੇ ਲੋਕ ਹਨ ਉਹਨਾਂ ਨੂੰ ਇੱਕ ਸੁਨੇਹਾ ਦਿੱਤਾ।
ਨਾਮ ਜਪੋ, ਨਾਮ ਜਪਣ ਦਾ, ਕਿਰਤ ਕਮਾਈ ਦਾ, ਇਨਸਾਨੀਅਤ ਦਾ ਪਾਠ, ਫਿਲਾਸਫੀ ਉਹਨਾਂ ਦੀ ਜਿਹੜੀ ਆ ਉਹ 14 ਸਾਲ ਉਹਨਾਂ ਨੇ ਉੱਥੇ ਕੀਤੀ ਬਹਿ ਕੇ, ਔਰ ਉਹ ਟੀਚਿੰਗਸ ਪ੍ਰੀਚਿੰਗਸ ਅੱਜ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦੇ ਹਾਂ। ਕੀ ਤੁਹਾਨੂੰ ਲੱਗਦਾ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਨਾਲ ਪਾਕਿਸਤਾਨ ਔਰ ਭਾਰਤ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ? ਸਿੱਖ ਸ਼ਰਧਾਲੂ ਜਿਹੜੇ ਇੰਨੇ ਲੰਬੇ ਸਮੇਂ ਤੋਂ ਅਰਦਾਸ ਕਰਦੇ ਹੋਏ ਆ ਰਹੇ ਹਨ, ਉਹਨਾਂ ਦੀ ਅਰਦਾਸ ਵੀ ਜਿਹੜੀ ਹੈ ਉਹ ਕਬੂਲ ਪੂਰੀ ਹੋਏਗੀ? ਕੀ ਤੁਹਾਨੂੰ ਲੱਗਦਾ ਕਿ ਹੁਣ ਇਮਰਾਨ ਖਾਨ ਨੇ ਜਿਹੜਾ ਸੱਦਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਸੀਗਾ ਉਹ ਸੱਦਾ ਹੁਣ ਇੱਕ ਪੋਜ਼ਿਟਿਵ ਵੇ ਦੇ ਨਾਲ ਅੱਗੇ ਵੱਧ ਰਿਹਾ? ਕਸ਼ਮੀਰ ਨੂੰ ਲੈ ਕੇ ਜਿਹੜੀ ਇੱਕ ਸਿਆਸਤ ਹੁੰਦੀ ਹੈ, ਕਸ਼ਮੀਰ ਨੂੰ ਲੈ ਕੇ ਜਿਹੜੀ ਇੱਕ ਮੰਗ ਹੈਗੀ ਹੈ, ਦੋਵੇਂ ਮੁਲਕਾਂ ਦੇ ਵਿੱਚ ਜਿਹੜੇ ਮਤਭੇਦ ਹੈਗੇ ਨੇ, ਕੀ ਹੁਣ ਇਹ ਮੁੱਦਾ ਇੱਕ ਪਾਸੇ ਹੋਣਾ ਚਾਹੀਦਾ ਔਰ ਇਹ ਮੁੱਦਾ ਅੱਗੇ ਹੋਣਾ ਚਾਹੀਦਾ ਤਾਂ ਕਿ ਰਿਸ਼ਤੇ ਸੁਧਾਰਨ ਦੇ ਲਈ ਇੱਕ ਜਿਹੜੀ ਡਿਪਲੋਮੈਟਿਕ ਮੀਟਿੰਗ ਹੈ ਉਹ ਵੀ ਹੋ ਸਕੇ ਔਰ ਜਿਹੜੀ ਗੱਲਬਾਤ ਹੈ ਉਹ ਵੀ ਹੋ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਿਸ਼ਤਾ ਮਜ਼ਬੂਤ ਹੋ ਸਕੇ, ਦੋਵੇਂ ਮੁਲਕਾਂ ਦੇ ਵਿੱਚ ਵਪਾਰ ਵੱਧ ਸਕੇ, ਦੋਵੇਂ ਮੁਲਕਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਕਾਰਾਤਮਕ ਤਰੀਕੇ ਦੇ ਨਾਲ ਗੱਲਾਂ ਵੇਖਣ ਨੂੰ ਮਿਲੇ? ਤੁਹਾਨੂੰ ਕੀ ਲੱਗਦਾ ਅੱਜ ਤੁਸੀਂ ਫੋਨ ਕਰਕੇ ਮੈਨੂੰ ਦੱਸੋਗੇ? ਇੱਕ ਮੈਂ ਛੋਟਿਆ ਜਿਹਾ ਤੁਹਾਨੂੰ ਐਗਜ਼ਾਮਪਲ ਜਿਹੜਾ ਉਹ ਦੇ ਦਿੱਤਾ, ਤੁਹਾਨੂੰ ਗੱਲ ਜਿਹੜੀ ਹੈ ਉਹ ਦੱਸ ਦਿੱਤੀ ਹੈ, ਹੁਣ ਅੱਜ ਤੁਸੀਂ ਵਿਚਾਰ ਕਰਕੇ ਮੈਨੂੰ ਦੱਸੋਗੇ ਕਿ ਆਖਿਰਕਾਰ ਕਿਸ ਤਰੀਕੇ ਨਾਲ ਵਧਣਾ ਚਾਹੀਦਾ ਦੋਵੇਂ ਮੁਲਕੇ ਦੇ ਲੋਕਾਂ ਨੂੰ, ਦੋਵੇਂ ਮੁਲਕਾਂ ਦੇ ਸਿਆਸਤਦਾਨਾਂ ਨੂੰ? ਇਸ ਬ੍ਰੇਕ ਤੋਂ ਬਾਅਦ